ਨਾਰਾਇਣ ਮੈਂ ਤੁਹਾਡੇ ਹਵਾਲੇ ਕਰ ਰਹੀ ਹਾਂ। ਮੁਸਤਫਾ ਨੇ ਫਸੀਓ ਹੀ ਹੈ ਕਹਾ, ਇਸ ਮੇ ਨਾਰਾਜ਼ ਹੋਨੇ ਕੀ ਗੱਲ ਹੈ। ਦੁਨੀ ਪੇ ਹੈ ਦਰ ਖੜਾ, ਇਸ ਮੇ ਨਾਰਾਜ਼ ਹੋਨੇ ਕੀ ਕਿਆ ਬਾਤ ਹੈ। ਚਾਰੀ ਸਤਰਾਂ ਦਿਨੋਂ ਤੱਕ ਰਹੀ ਇੱਕ ਜੰਗ, ਔਰ ਸਦੀ ਨੇ ਦਿਖਾਇਆ ਵਹਾਂ ਆਪਣਾ ਰੰਗ। ਆਖਰੀ ਦਿਨ ਜੋ ਪਰਚਮ ਅਲੀ ਕੋ ਮਿਲਾ, ਇਸ ਮੇ ਨਾਰਾਜ਼ ਹੋਨੇ ਕੀ ਕਿਆ ਬਾਤ ਹੈ। ਜਾਰੀ ਸਤਰਾਂ ਦਿਨੋਂ ਤੱਕ ਰਹੀ ਇੱਕ ਜੰਗ, ਔਰ ਸਭੀ ਨੇ ਦਿਖਾਇਆ ਵਹਾਂ ਆਪਣਾ ਰੰਗ। ਆਖਰੀ ਦਿਨ ਜੋ ਪਰਚਮ ਅਲੀ ਕੋ ਮਿਲਾ, ਇਸ ਮੇ ਨਾਰਾਜ਼ ਹੋਨੇ ਕੀ ਕਿਆ ਬਾਤ ਹੈ। ਇਤਨੀ ਖੂਬਸੂਰਤ ਜਨਾਬ ਨੇ ਹੌਸਲਾ ਅਫਜ਼ਾਈ ਕੀ ਹੈ, ਮੇਰਾ ਦਿਲ ਕਰ ਰਿਹਾ ਕਿ ਮੈਂ ਅਗਲਾ ਸ਼ੇਰ ਪੜ੍ਹੂੰ। ਬਾਬਾ ਮੁਰਤਜ਼ਾ ਸੋਚ ਬਿੰਤੀ ਅਸਦ, ਜਿਨ ਕੇ ਘਰ ਮੇ ਰਹਾ ਦੀ ਅਜ਼ਲਤਾ ਅਬਦ, ਘਰ ਖੁਦਾ ਨੇ ਨਿਗਾਹ ਉਨ ਸੇ ਪੜਵਾ ਲਿਆ, ਇਸ ਮੇ ਨਾਰਾਜ਼ ਹੋਨੇ ਕੀ ਕਿਆ ਬਾਤ ਹੈ। ਕਿਸੀ ਕੀ ਆਮ ਬਾਤੋਂ ਕੋ ਬੜਾ ਤੂਨੇ ਉਛਾਲਾ ਹੈ, ਜ਼ਮਾਨਾ ਬਨ ਗਿਆ ਹਾਜੀ ਫਿਰ ਰੋਜ਼ਾ ਚੁਗਲੇ ਕਰਾਂ ਸਕਲੇ ਨੇ ਪਿਓ ਬਣ ਕੇ ਪਾਲਿਆ ਸਰਵਰ ਨੂੰ, ਜਿਹਦੀ ਸ਼ਾਹਿਦ ਕੁਲਦਾਰ ਨੇ ਜਿਹਦੇ ਘਰ ਤੋਂ ਬਣ ਕੇ ਆਈ ਖੁਲਦ ਬਰੀ ਨਦੀ ਸੋਨੇ, ਉਹ ਕਿਵੇਂ ਕਾਫਰ ਹੋ ਸਕਦਾ ਜਿਹਦੇ ਪੁੱਤਰ ਦਾ ਪੁੱਤਰ ਹੁਸੈਨ। ਮਾਨ ਕੇ ਈਮਾਨ ਕੋ ਕਾਫਿਰ ਨਾ ਕਹੋ, ਹਰਮੇ ਹਕ ਕੇ ਨਿਗੇਬਾਨ ਕੋ ਕਾਫਿਰ ਨਾ ਕਹੋ। ਅਵਲੀਅਤ ਹੈ ਖਦੀਜਾ ਕੀ ਸਭੀ ਮਾਂ ਮੇ, ਕਮ ਸੇ ਕਮ ਮਾਂ ਕੇ ਨਿਕਾਹ ਖਾਲਕ ਕਾਫਿਰ ਨਾ ਕਹੋ। ਹੱਥ ਚ ਅਲੀ ਹੈ, ਅਲੀ ਹੈ, ਅਲੀ ਹੈ, ਅਲੀ ਹੈ, ਇਸ ਹੱਥ ਦਾ ਮਾਲਿਕ ਅਲੀ ਹੈ। ਹੱਥ ਚ